ਆ ਛੋਟੀ ਭੈਣ ਚੱਕ ਤੇ ਨੀ, ਪਰਸੋਂ ਬੰਦਾ ਕੋਈ ਆਇਆ ਸੀ ਜਦੋਂ ਫੜਿਆ ਗਿਆ, ਬਸ ਉਦੋਂ ਦਾ ਲੱਗਿਆ ਕਲੇਸ਼ ਕਰਨ ਤੂੰ ਬੰਦੇ ਸਾਧੀ ਆ, ਤੂੰ ਬੰਦੇ ਸਾਧੀ, ਤੂੰ ਆਇਆ ਕਰ। ਉਹ ਆਇਆ ਬੰਦਾ, ਇਹਦੇ ਬੰਦੇ ਨੇ ਸਾਨੂੰ ਠਾਕ ਕੇ ਕਹਿੰਦਾ, ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਾ ਬੜਾ, ਬੰਦੇ ਸਿਰ 'ਚ ਵੀ ਡਾਂਗ ਮਾਰੀ ਤੇ ਬੰਦਾ ਇੱਧਰ ਨੂੰ ਭੱਜ ਲਿਆ। ਕਹਿੰਦਾ ਸਾਡੇ ਅੰਦਰ ਬੰਦਾ ਜੀ, ਉੱਠ ਕੇ ਦੇਖੋ। ਅਸੀਂ ਦੇਖਿਆ ਉੱਠ ਕੇ, ਉਹਦੇ ਬੰਦਾ ਵਿਹੜੇ 'ਚ ਖੜਾ। ਰਾਤ ਕੋਈ ਗੱਲ ਨਹੀਂ, ਰਾਤ ਕੋਈ ਲੜਾਈ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ। ਘਟਨਾ ਜੀ, 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕਲੈਸ ਪੈਂਦਾ ਸੀ ਵੀ ਕੋਈ ਬੰਦਾ ਆਉਂਦਾ ਇਹਦੇ ਕੋਲੇ, ਤੇ ਇੱਕ ਉਰਲੀਆਂ ਪਰਲੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਫਲਾਨਾ, ਇਹਨਾਂ ਨੇ ਕਰ ਕਰਕੇ ਤੇ ਬਸ ਉਹਨਾਂ ਦੇ ਘਰ ਕਲੈਸ ਪੈਂਦਾ ਸੀ। ਰਾਤ ਇਹ ਸਬਜ਼ੀ ਸੁਬਜ਼ੀ ਲੈ ਕੇ ਆਈਆਂ ਨੇ ਕਿਤੇ ਦੋਨੇ ਜਾ ਕੇ, ਰਾਤ ਸਬਜ਼ੀ ਥੋੜੀ ਲੈ ਕੇ, ਦਵਾਈ ਲੈ ਕੇ ਆਈ ਆ। ਇਹ ਪਤਾ ਨੀ ਸਬਜ਼ੀ ਲੈ ਕੇ ਦਵਾਈ ਲੈ ਕੇ ਆਏ ਨੇ। ਇਹਨਾਂ ਨੇ ਆ ਕੇ ਕਹਿੰਦੀ ਸੀਮਾ ਮੈਨੂੰ ਸੜਕੇ ਦਿਹਾੜੀ ਤੇ ਲਈ, ਮੇਰੀ ਭੈਣ ਕਹਿੰਦੀ ਮੈਂ ਠੀਕ ਹੈ ਮੈਂ ਲੈ ਜੂੰ। ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਆ ਵੀ ਆ ਜਾ, ਬੇਹੋਸ਼ ਹੋਈ ਪਈ। ਇਹਨਾਂ ਨੇ ਐ ਨੀ ਦੱਸਿਆ ਵੀ ਉਹ ਹੋ ਗਿਆ, ਵੀ ਮੁੱਕ ਗਈ, ਐ ਨੀ ਦੱਸਿਆ ਸਾਨੂੰ ਮੁੱਕੀ ਪਈ ਆ। ਭਾਈ ਕਹਿੰਦੇ ਸਭ ਮੈਨੂੰ ਕਹਿੰਦੀ ਬੇਹੋਸ਼ ਪਈ ਆ, ਮੈਂ ਤੇ ਚਾਹ ਦੀ ਘੁੱਟ ਬਣਾਈ ਜਾਂਦੀ ਸੀ, ਮੈਂ ਚਾਹ ਛੱਡ ਕੇ ਉਹ ਵੀ ਭੱਜੇ ਮਗਰੀ, ਮੈਂ ਜਾ ਕੇ ਦੇਖਤਾ ਮੈਂ ਜਾ ਵੀ ਕਿਸ ਬੰਦੇ ਨੂੰ ਸਾਥ ਦੀਏ ਜੀ ਇੱਥੇ ਘਰੇ। ਇਹਦੇ ਬੰਦੇ ਨੇ ਫੜਿਆ ਬੰਦਾ ਤਾਂ, ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ। ਵੱਡੀ ਕੀ ਲੱਗਦੀ ਹੈ? ਮੇਰੀ ਭੈਣ ਹੈ ਛੋਟੀ, ਮਨਦੀਪ ਕੌਰ। ਕੀ ਹੋਇਆ ਕੀ ਇੱਥੇ? ਹੋਇਆ ਕੁਛ ਜੀ, ਬੰਦਾ ਆਇਆ ਸੀ ਪਰਸੋਂ ਖਣੀ ਚੌਥੇ, ਉਹ ਆਇਆ ਬੰਦਾ, ਇਹਦੇ ਬੰਦੇ ਨੇ ਸਾਨੂੰ ਠਾਕ ਕੇ ਕਹਿੰਦਾ, ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਿਆ ਬੈਠਾ ਕੋਈ, ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ। ਅਸੀਂ ਦੇਖਿਆ ਉੱਠ ਕੇ, ਉਹਦੇ ਬੰਦਾ ਵਿਹੜੇ 'ਚ ਖੜਾ ਸੀ, ਬੰਦਾ ਵਿਹੜੇ 'ਚ ਹੀ ਸੀਗਾ, ਚਿੱਟੀ ਸ਼ਰਟ ਪਾਈ ਸੀ ਉਹਦੇ, ਤੇ ਆਇਆ ਸੀ ਠੀਕ ਹੈ, ਆਇਆ ਸੀ ਬੰਦਾ, ਭੱਜ ਗਿਆ ਉਹਨੇ, ਬੰਦੇ ਸਿਰ 'ਚ ਵੀ ਡਾਂਗ ਮਾਰੀ ਹੈ ਤੇ ਬੰਦਾ ਇੱਧਰ ਨੂੰ ਭੱਜ ਲਿਆ। ਰਾਤ ਕੋਈ ਗੱਲ ਨੀ ਹੋਈ, ਰਾਤ ਕੋਈ ਲੜਾਈ ਨੀ ਹੋਈ, ਕੋਈ ਕੁਛ ਨੀ ਹੋਇਆ ਇਹਨਾਂ ਦਾ, ਕੁਛ ਵੀ ਨੀ ਹੋਇਆ। ਸਾਨੂੰ ਤਾਂ ਪਤਾ ਤੜਕੇ ਲੱਗੇ ਜਦੋਂ ਮੈਂ ਉੱਠੀਆਂ ਚਾਹ ਧਰਨ ਲੱਗੀ ਉਦੋਂ ਕਿ ਇਹ ਕਾਲੇ ਨੇ ਮਾਰਤੀ ਸਾਨੂੰ, ਮਾਰਦਾ ਉਹਨੇ ਉਦੋਂ, ਮੈਂ ਤਾਂ ਕਿ ਬੇਹੋਸ਼ ਪਈ ਹੈ ਕਿਤੇ, ਮੈਂ ਕਿਹਾ ਮੈਂ ਆਂਟੀ ਨੂੰ ਬੁਲਾਉਣ ਗਈ ਆ ਇਹਨਾਂ ਨੂੰ, ਇਹਨਾਂ ਨੇ ਮੈਨੂੰ ਕਹਿੰਦੀ ਇਹਦੀ ਭੈਣ ਨੂੰ ਬੁਲਾ ਲਾ, ਫਿਰ ਮੈਂ ਇਹਨਾਂ ਨੂੰ ਬੁਲਾ ਲਈ ਬਸ। ਇਹ ਕਹਿੰਦੇ ਵੀ ਅਸੀਂ ਤਾਂ ਇੰਨੀ ਦੂਰ ਰਹਿੰਦੇ ਹਾਂ, ਸਾਨੂੰ ਕਿਉਂ ਇਹਨਾਂ ਕੋਲ ਇਹ ਵੀ ਰਹਿੰਦੇ ਆ, ਕਿਸੇ ਨੂੰ ਆਵਾਜ਼ ਤਾਂ ਸੁਣਦੀ ਹੈ, ਕਿਸੇ ਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤਾਂ ਸਾਨੂੰ। ਸ਼ੱਕ ਤੇ ਨੀ, ਪਰਸੋਂ ਬੰਦਾ ਕੋਈ ਆਇਆ ਸੀ ਜਦੋਂ ਫੜਿਆ ਗਿਆ, ਬਸ ਉਦੋਂ ਦਾ ਲੱਗਿਆ ਕਲੇਸ਼ ਕਰਨ ਤੂੰ ਬੰਦੇ ਸਾਧੀ ਆ, ਤੂੰ ਬੰਦੇ ਸਾਧੀ, ਤੂੰ ਐ ਕਰਦੀ ਆ, ਬਸ ਇਹ ਗੱਲ ਕਹਿੰਦਾ ਸੀ। ਇਹ ਮਾਮਲਾ ਜੀ, ਇਹ ਗੋਪਾਲ ਨਗਰ ਗਲੀ ਨੰਬਰ 9 ਵਿੱਚ ਇੱਕ ਮਰਡਰ ਹੋਇਆ ਘੁਲਾੜੀਆਂ ਨਾਲ, ਜਿਹਦਾ ਸਿਰ ਤੇ ਘੁਲਾੜੀਆਂ ਮਾਰੀਆਂ ਗਈਆਂ, ਤੇ ਸਹਾਰਾ ਟੀਮ ਮੌਕੇ ਤੇ ਪਹੁੰਚੀ, ਪੁਲਿਸ ਵੀ ਪਹੁੰਚ ਗਈ, ਤੇ ਲਾਸ਼ ਨੂੰ ਅਸੀਂ ਚੱਕ ਕੇ ਹਸਪੀਟਲ ਪਹੁੰਚਾਇਆ ਜਾਊਗਾ ਮੋਰਚਰੀ ਘਰ। ਕੌਣ ਸੀ ਇਹ ਲੇਡੀਜ਼? ਹੈ ਆਪਸ ਚ ਕੋਈ ਝਗੜਾ ਹੋਇਆ ਮੀਆਂ ਬੀਬੀ ਦਾ, ਬਾਕੀ ਕਾਰਨ ਦਾ ਸਹੀ ਪਤਾ ਨਹੀਂ ਲੱਗਿਆ। ਇਹਦੀ ਹੋ ਗਈ 22-23 ਸਾਲ ਦੀ ਜੀ, ਥੋੜੀ ਦੇਰ ਪਹਿਲਾਂ ਹੀ। ਮਾਰਨਿੰਗ PCR ਤੋਂ ਤਲਾਹ ਆਈ ਸੀ ਵੀ ਇੱਕ ਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ, ਤਲਾਹ ਮਿਲਣ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ, ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਰਡਰ ਹੋਇਆ ਹੋਇਆ, ਤੇ ਇਹਦੀ ਵਾਰਸ ਦੇ ਜਿਹੜੇ ਹੈਗੇ ਨੇ ਪੇਕੇ ਉੱਥੇ ਦਾ ਭਰਾ ਆ ਰਿਹਾ, ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਬਣਦੀ ਕਰ ਵੀ।